ਜ਼ਰੂਰ ਵੇਖ ਲੱਗੇ ਹੋਏ, ਚੰਗਾ ਮਾਸ਼ਾਅੱਲਾ ਬੂਟਾ ਭਰਿਆ ਪਿਆ। ਹਾਂ ਆਹ ਕਾਹਦਾ ਬੂਟਾ, ਖੱਟੀ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਯੂਰਸ, ਮੈਂ ਤੁਹਾਡਾ ਭਰਾ ਮੁਹੰਮਦ ਇਮਰਾਨ ਬੇਗ ਅਤੇ ਤੁਸੀਂ ਵੇਖਦੇ ਪਏ ਯੂਟਿਊਬ ਚੈਨਲ ਸਾਡਾ ਪੰਜਾਬ। ਅੱਜ ਮੈਂ ਤੁਹਾਨੂੰ ਸਰਗੋਧੇ ਦਾ ਇੱਕ ਪਿੰਡ ਹੈਗਾ ਆ ਰਿਹਾ, ਉੱਥੇ ਦੀ ਸੈਰ ਕਰਾ ਰਿਹਾ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਹੈਗਾ ਲੱਗੀ ਹੋਈ ਜੀ ਵਿਊਰਸ, ਹੈ ਨੇ ਜੀ ਫੁੱਟਾਂ, ਇਹਨਾਂ ਨੂੰ ਪੰਜਾਬੀ 'ਚ ਫੁੱਟਾਂ ਕਹਿੰਦੇ ਨੇ ਅਤੇ ਉਰਦੂ 'ਚ ਪਤਾ ਨਹੀਂ ਕੀ ਕਹਿੰਦੇ ਨੇ। ਇਹ ਬੜੀਆਂ ਮਜ਼ੇ ਦੀਆਂ ਆਉਂਦੀਆਂ ਨੇ। ਇਹ ਕੱਚੀਆਂ ਨੇ ਅਜੇ, ਇਹ ਜਦੋਂ ਪੱਕ ਜਾਂਦੀਆਂ ਨੇ ਯੈਲੋ ਹੋ ਜਾਂਦੀਆਂ ਨੇ ਬਿਲਕੁਲ ਪੀਲੀਆਂ। ਉਹ ਦੇਖੋ ਦਿਖਾ ਯਾਰ, ਇਹ ਇਹਨਾਂ ਨੂੰ ਫੁੱਟਾਂ ਬੋਲਦੇ ਨੇ। ਇਹ ਬੜੀ ਮਜ਼ੇ ਦੀ ਹੁੰਦੀ ਹੈ, ਨਮਕ ਲਗਾ ਕੇ ਖਾਈ ਦੀ ਹੈ। ਵੈਸੇ ਵੀ ਖਾ ਲਓ, ਨਮਕੀਨ ਮਿੱਠੀ ਹੁੰਦੀ ਹੈ, ਖੱਟੀ ਮਿੱਠੀ। ਉੱਥੇ ਵਾਹ ਹੈਗੀਆਂ ਸਨ, ਹਾਂ ਉਹ ਪਰਲੇ ਪਾਸੇ ਆ। ਕੱਚੀਆਂ ਨੇ, ਕੱਚੀ ਪਈ। ਹਾਂ ਉਹ ਇਹ ਰੋਜ਼ ਹੀ ਮੇਰਾ ਹਾਲ ਤੋੜਦੇ ਨੇ, ਰੋਜ਼ ਹੀ ਪੱਕੀਆਂ ਹੁੰਦੀਆਂ ਨੇ ਧੁੱਪ ਨਾਲ ਹੀ। ਆਹ ਵੇ ਕਿੱਡੀ ਵੱਡੀ ਹੈ ਕੱਚੀ। ਫੁੱਟਾਂ ਲੱਭਦੇ ਪਏ ਨੇ ਜੀ, ਫੁੱਟਾਂ ਲੱਭ ਨਹੀਂ ਰਹੀਆਂ, ਕੱਚੀਆਂ ਨੇ। ਆਹ ਵੀ ਕੱਚੀਆਂ ਪਈਆਂ ਬਿਲਕੁਲ, ਕੱਚੀਆਂ ਨੇ ਬਿਲਕੁਲ। ਇਹ ਕਿਤੇ ਸੁਬਹਾ ਸੁਬਹਾ ਵੇਖਦੇ ਨਾ, ਫਿਰ ਐਸੀ ਸ਼ਾਇਦ ਮਿਲ ਜਾਂਦੀਆਂ। ਇਹ ਮੂੰਗੀ ਦੀ ਇਹ ਫਲੀਆਂ ਲੱਗੀਆਂ ਹੋਈਆਂ, ਮੂੰਗੀ ਜਿਹਨੂੰ ਮੂੰਗੀ ਦੀ ਦਾਲ ਬੋਲੀਦਾ। ਆਹ ਦੇਖੋ ਇਹ ਮੂੰਗੀ ਲੱਗੀ।
ਕੋਈ ਨਹੀਂ।